हरी तुमरी गत मित तुम्ही जानी नानक दास सदा कुर्बानी तुमरी गत मित तुम्ही जानी नानक दास सदा कुर्बानी मेरे बाबा जी दो दर्शन मेरे सतगुर जी दो दर्शन देहो दर्शन अखियां तरसन जी देहो दर्शन मेरे बाबा जी देहो दर्शन दर्शन प्यासी दिन सुरात है दर्शन प्यासी दिन सुरात है चित मोयन दिन नीत जी दो दर्शन मेरे बाबा जी दो दर्शन देहो दर्शन अखियां तरसन जी दो दर्शन मेरे बाबा जी दो दर्शन खोल कपट गुर मेलिया खोल कपट गुर मेलिया नानक हर संग मीत जी दो दर्शन मेरे बाबा जी दो दर्शन देहो दर्शन अखियां तरसन जी देहो दर्शन मेरे बाबा जी देहो दर्शन श्री वाहे गुरु जी मेहरबान साहेब मेहरबान साहेब मेरा मेहरबान एक ओंकार श्री वाहेगुरु जी की फतेह श्री भगौती जी सहाय वार श्री भगौती जी की पातशाही दसवीं प्रथम भगौती सिमर कै गुरु नानक लई त्याए फिर अंगद गुर ते अमरदास रामदास हुई सहाए अर्जन हर गोबिंद नो सिमरो श्री हर राय श्री हर कृष्ण त्याई है जिस डिठै सब दुख जाए तेग बहादुर सिमरिया घर नौ निध आवै ताए सब थाई हुए सहाए दसवें पातशाह साहिब श्री गुरु गोबिंद सिंह कलगी तर सच्चे पातशाह जी सब थाई हुए सहाए सत श्री अकाल पुरख जी का ध्यान तरके खालसा जी साध संगत बोलना जी श्री वाहेगुरु दसां पातशाहियां दे सरूप श्री गुरु ग्रंथ साहिब जागदी जोत हाजरा हजूर जाहिरा जहूर कलजुग दे बोहित नाम के जहाज हलत पलत के रखियक लोक परलोक के सहायक हाजर नाजर तिन्हां दे पाठ दर्शन दीदार जी का ध्यान तरके बोलना जी श्री वाहेगुरु दस पातशाहियां चार साहिबजादे पंज प्यारे चाली मुक्ते समूह संतां समूह भगतां समूह सच्यारियां प्यारियां समूह सिदकवाना शहीद सिंघां जी दी कमाई का ध्यान तरके बोलना जी श्री वाहिगुरु समूह गुरतख्तां समूह गुरद्वारियां झंडियां बुंगियां निशाना जी का ध्यान तरके बोलना जी श्री वाहिगुरु जी हे अकाल पुरख अंतर जामी श्री गुरु नानक देव निरंकार स्वरूप सच्चे पातशाह जी आपके हजूर मेहरबान बेनती है दासां दे सिर ते हथ रखो काम क्रोध लोभ मोह हंकार तो बचाओ
ਨਾਮ ਦਾਨ, ਗਰੀਬੀ ਦਾਨ, ਸਿੱਖੀ ਦਾਨ, ਸਿਦਕ ਦਾਨ, ਭਰੋਸਾ ਦਾਨ, ਸ਼ਾਂਤੀ ਬਖਸ਼ੋ। ਤੁਹਾਡੇ ਚਰਨਾਂ ਨਾਲ ਬਣੇ ਆਵੇ, ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ, ਪ੍ਰੇਮਾ ਭਗਤੀ ਬਖਸ਼ੋ। ਸਿਰ 'ਤੇ ਹੱਥ ਰੱਖੋ, ਸਿੱਧੇ ਰਸਤੇ ਪਾਓ, ਚਰਨਾਂ ਨਾਲ ਜੋੜ ਲਓ, ਕਲਯੁਗ ਨੂੰ ਦੂਰ ਕਰੋ, ਦਾਸਾਂ ਦੇ ਹਿਰਦਿਆਂ 'ਤੇ ਵੱਸੋ, ਚਰਨਾਂ ਵਿੱਚ ਮੇਲ ਲਓ, ਟੁੱਟੀ ਗੰਢੋ ਮਿਹਰਬਾਨ। ਜੋ ਭਾਵੇ ਸੋ ਕੰਮ ਕਰਾਈ, ਮਿਹਰਬਾਨਾਂ ਜੋ ਨਾ ਭਾਵੇ ਸੋ ਨਾ ਕਰਾਈ, ਜੋ ਭਾਵੇ ਸੋ ਮਤ ਬੁੱਧ ਸੰਗਤ ਦੇਈਂ, ਜੋ ਨਾ ਭਾਵੇ ਸੋ ਨਾ ਦੇਈਂ। ਜਿੱਥੇ ਭਾਵੇ ਤਿੱਥੇ ਰੱਖ ਲੈ, ਜਿੱਥੇ ਨਾ ਭਾਵੇ ਤਿੱਥੇ ਨਾ ਰੱਖੀਂ। ਜਿੱਥੇ ਰੱਖੀਂ ਆਪ ਦੇ ਚਰਨਾਂ ਵਿੱਚ ਰੱਖੀਂ, ਅਖੰਡ ਭਜਨ ਬਖਸ਼ੀਂ, ਦਰਗਾਹ ਦੇ ਸਾਜਿਆਂ ਨਿਵਾਜਿਆਂ ਗੁਰਮੁਖਾਂ ਪਿਆਰਿਆਂ ਦੇ ਮੇਲੇ ਬਖਸ਼ੀਂ। ਜਿਨ੍ਹਾਂ ਦੇ ਮਿਲਣੇ ਕਰ ਸਿੱਖੀ ਸਿਦਕ ਦੀ ਪ੍ਰਾਪਤੀ ਹੋਵੇ, ਧੁਰ ਦਰਗਾਹ ਦੀ ਸੁਮਤ ਮਿਲੇ, ਦਰਗਾਹ ਦੇ ਬਖਸ਼ਿਆਂ ਹੋਇਆਂ ਦਾ ਮੇਲਾ ਬਖਸ਼ੀਂ। ਦਰਗਾਹ ਤੋਂ ਡਿੱਗੇ ਤੱਕੇ ਨਿੰਦਕ ਦੀ ਸੰਗਤ ਨਾ ਦੇਈ, ਜਿਹਦੇ ਮਿਲਣੇ ਕਰਕੇ ਤੂੰ ਵਿਸਰ ਜਾਏਂ, ਦਰਗਾਹ ਦੇ ਧੱਕੇ ਦਾ ਮੇਲਾ ਨਾ ਦੇਈਂ ਜੀ ਮਿਹਰਬਾਨ ਜੀ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੈ ਤਿੱਤੇ ਲਿਹ ਉਬਾਰ, ਸੜਦੇ ਬਲਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲੈ ਸਤਿਗੁਰਾ, ਕਲਯੁਗ ਦੇ ਤੱਤੇ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ, ਮਾਇਆ ਦੇ ਛਲ ਛਿਦਰ ਤੋਂ ਹੱਥ ਦੇ ਕੇ ਬਚਾ ਲਓ। ਸਤਿਗੁਰੂ ਜੀ ਰਹਿਮ ਕਰੋ, ਆਪ ਦੇ ਚਰਨਾਂ ਦੀ ਓਟ ਬਖਸ਼ੋ, ਦਰੋਂ ਘਰੋਂ ਨਾਮ ਦਾਨ ਬਖਸ਼ੋ, ਭਾਣੇ ਵਿੱਚ ਲਿਆਓ ਭਾਣਾ ਮੰਨਣ ਦੀ ਤਾਕਤ ਬਖਸ਼ੋ। ਭਾਣਾ ਮਿੱਠਾ ਲਾਗੇ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋਂ ਕਿਆ ਮੋਹ ਦੇਸਾਂ ਦੁਸ਼ਟ ਚੋਰ, ਗੁਨਾਹਗਾਰ ਹੋਂ ਲੂਣ ਹਰਾਮੀ, ਪਾਹਣ ਨਾਵਨਾ ਪਾਰ ਗਰਾਮੀ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ ਕੂਪ ਭਰਿਓ, ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬਿੰਬੋਹਿਆ, ਕਛ ਆਰਾ ਪਾਰ ਨਾ ਸੂਝ। ਹੇ ਵਾਹਿਗੁਰੂ, ਗੁਰੂ ਨਾਨਕ ਸਾਹਿਬ ਗਰੀਬ ਨੂੰ ਬਖਸ਼ ਲਓ, ਨਿੱਤ ਦਾ ਮੰਗਤਾ ਆਪ ਦੇ ਦਰ ਅੱਗੇ ਖੜਾ ਹੈ, ਮੰਗਤੇ ਦੀ ਝੋਲੀ ਖੈਰ ਪਾਓ, ਮੰਗਤਾ ਖਾਲੀ ਨਾ ਜਾਏ। ਸੌ ਉਲਾਮੇ ਦਿਨੇ ਕੈ ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਔਖੀ ਘੜੀ ਨਾ ਦੇਖਣ ਦੇਈਂ, ਆਪਣਾ ਬਿਰਦ ਸੰਭਾਲੇ, ਕੋਟ ਔਗਣ ਭਰੇ ਭੀ ਤੇਰੇ, ਕੋਟ ਔਗਣ ਭਰੇ ਭੀ ਤੇਰੇ ਸੱਚੇ ਪਾਤਸ਼ਾਹ। ਸਾਡੇ ਕਰਮਾਂ ਦਾ ਹਿਸਾਬ ਨਾ ਤੱਕੋ, ਸਾਡੇ 'ਤੇ ਮਿਹਰ ਭਰੀ ਦ੍ਰਿਸ਼ਟੀ ਤੱਕੋ, ਜਿਸ ਤਰ੍ਹਾਂ ਸੱਜਣ ਠੱਗ ਦਾ, ਕੌਡੇ ਰਾਕਸ਼ ਦਾ, ਭੂਮੀਆਂ ਡਾਕੂ ਦਾ ਕੋਈ ਗੁਣ ਔਗਣ ਨਹੀਂ ਚਿਤਾਰਿਆ, ਉਸੇ ਹੀ ਪਾਰਟੀ ਦੇ ਆਦਮੀ ਹਾਂ, ਉਸ ਤੋਂ ਵੀ ਵਧੀਕ ਪਾਪੀ ਹਾਂ, ਸਭ ਸਰਾਂ ਕਰਕੇ ਬਖਸ਼ ਲਓ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤਨ ਰਾਕਸ ਦੇਤੇ, ਰਾਮਈਆ ਹੋਂ ਬਾਰਕ ਤੇਰਾ, ਕਾਹੇ ਨਾ ਖੰਡਸ ਔਗਣ ਮੇਰਾ। ਸੱਜਣ ਤੂੰ ਹੈ ਸੈਣ ਤੂੰ, ਮੈਂ ਤੁਝ ਉੱਪਰ ਬਹੁ ਮਾਣੀਆਂ, ਜਾਂ ਤੂੰ ਅੰਦਰ ਤਾਂ ਸੁਖੇ, ਤੂੰ ਨਿਮਾਣੀ ਮਾਣੀਆਂ। ਜੇ ਤੂੰ ਤੁੱਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ, ਇਹ ਪਾਈ ਮੂੰਹ ਦਾਤੜੀ, ਨਿਤ ਹਿਰਦੇ ਰੱਖਾਂ ਸੰਭਾਲ। ਨਾ ਵਿਸਰੀ ਨਾ ਵਿਸਾਰੀ, ਨਾ ਭੁੱਲੀ ਨਾ ਭੁਲਾਏ, ਆਪਦੇ ਨੂੰ ਆਪਦੇ ਕਰੀ, ਸਿਰ ਹੱਥ ਰੱਖੀ ਸੁਮਤ ਬਖਸ਼ੀ, ਸਿੱਧੇ ਰਸਤੇ ਪਾਈ, ਜੋ ਕੀਤਾ ਸੋ ਵਾਹ ਵਾਹ, ਜੋ ਕਰੋਂਗੇ ਸੋ ਵਾਹ ਵਾਹ, ਜੋ ਬੈਠੇ ਕਰ ਕਰਾ ਰਹੇ ਹੋ ਸੋ ਪੀ ਵਾਹ ਵਾਹ। ਹੇ ਅਕਾਲ ਪੁਰਖ ਅੰਤਰਜਾਮੀ, ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਕਿਰਪਾ ਦਾ ਸਦਕਾ ਪਿਛਲਿਆਂ ਪਾਠਾਂ ਦੇ ਭੋਗ ਪਏ ਹਨ, ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦਾ ਭੋਗ ਪਿਆ ਹੈ, ਨਾਲ ਸ੍ਰੀ ਜਪਜੀ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਪਿਆ ਹੈ, ਤੁਹਾਡੀਆਂ ਮਿਹਰਾਂ ਦਾ ਸਦਕਾ ਨਿਰਵਿਘਨ ਸਮਾਪਤੀ ਹੋਈ ਹੈ। ਪਾਠੀਆਂ ਪਾਸੋਂ ਅੱਖਰ ਲਗ ਤੁੱਕ ਵਾਧਾ ਘਾਟਾ ਪੜ੍ਹਿਆ ਸੋ ਬਖਸ਼ ਲੈਣਾ, ਹੋਰ ਸੇਵਾਦਾਰਾਂ ਤੋਂ ਅਨੇਕਾਂ ਹੀ ਗਲਤੀਆਂ ਹੋਈਆਂ ਹਨ, ਸਭ ਤਰ੍ਹਾਂ ਕਰਕੇ ਬਖਸ਼ ਲਓ ਬਖਸ਼ ਲਓ। ਗਰੀਬ ਨੂੰ ਆਜ ਤੁਹਾਡੀ ਬਖਸ਼ੀ ਹੋਈ ਦਾਤ ਦੇ ਵਿੱਚੋਂ ਆਪ ਜੀ ਦੀ ਹਜ਼ੂਰ ਕੜਾਹ ਪ੍ਰਸ਼ਾਦ ਦਾ ਦੇਗਾ ਸਜ ਕੇ ਆਇਆ ਹੈ, ਆਪ ਜੀ ਨੂੰ ਭੋਗ ਲੱਗੇ, ਆਪ ਦਾ ਸੀਤ ਪ੍ਰਸ਼ਾਦ ਪਿਆਰੀ ਸਾਧ ਸੰਗਤ ਨੂੰ ਮਿਲੇ, ਕਲਾ ਵਾਹਿਗੁਰੂ ਜੀ ਕੀ ਵਰਤੇ, ਸੁੱਖ ਹੋਵੇ, ਨਾਮ ਚਿਤਾਵੇ। ਇਸ ਵੇਲੇ ਜੋ ਵੀ ਆਪ ਜੀ ਦੇ ਦਰਬਾਰ ਵਿੱਚ ਫੁੱਲ ਪਤਾਸਾ ਸਕੁੱਚਾ ਪ੍ਰਸ਼ਾਦ ਲੈ ਕੇ ਆਇਆ ਹੈ, ਸਭ ਦੀ ਹਾਜ਼ਰੀ ਲਾਉਣੀ, ਨਾਮ ਚਿਤਾਵੇ, ਗੁਰੂ ਨਾਲ ਬਣਾਵੇ, ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।